بسم اللہ الرحمن الرحیم اgetElementById اللہ سن دی اسمیہ واحدو دا ذکر کران گے واحد دا معنی ہے اپنی ذات چ اک یکتا او یا گانہ جیڑا شخص بھی اللہ سن دی اس صفاتی صفت میا واحدو دا ذکر اشراق تو بعد 505 واری کرے اسمان دی طرف منہ کر کے ਇਨਸ਼ਾਅੱਲਾ ਉਹਨੂੰ ਰੂਹਾਨੀ ਤਰੱਕੀ ਨਸੀਬ ਹੋਏਗੀ ਤੇ ਔਲਾਦ ਸਾਲਿਆ ਵਾਸਤੇ ਇਨਸਾਨ ਨੂੰ ਚਾਹੀਦਾ ਕਿ ਯਾ ਵਾਹਿਦ ਨੂੰ ਕਿਸੇ ਵੀ ਮਿੱਠੀ ਚੀਜ਼ ਤੇ ਦਮ ਕਰਕੇ ਖਾਲੀ ਪੇਟ ਖਾਏ ਔਰ 40 ਦਿਨ ਤੱਕ ਅਮਲ ਕਰੇ ਤੇ ਇਨਸ਼ਾਅੱਲਾ ਔਲਾਦ ਸਾਲਿਆ ਅੱਲਾ ਸੋਣਾ عطا ਫਰਮਾਏਗਾ ਅਗਰ ਮਾਤਹਿਤ ਬਲਦਨਾ ਫਰਮਾਨ ਹੋਵੇ ਤੇ ਇਹ ਵਾਹਿਦ ਨੂੰ ਕਿਸੇ ਵੀ ਚੀਜ਼ ਦਾ ਦਮ ਕਰਕੇ ਅਵਲ ਆਦਰੂਸ਼ੀ ਪੜ ਕੇ 40 ਦਿਨ ਕਰਨ ਖੜੰਦੇ ਰਹੋ ਇਨਸ਼ਾਅੱਲਾ ਮਤਹ ਜਿਹੜੇ ਆ ਉਹ ਤਾਂ ਬਿਹਦਾਰ ਹੋ ਜਾਣਗੇ ਅਗਰ ਕਿਸੇ ਦੇ ਅੰਦਰ ਇਰਤਕਾਜ਼ ਦੀ ਕਾਫੀਤ ਕਮਜ਼ੋਰ ਹੈ ਕੁਦਰਦੀ ਖੁਦਦੀਤ ਬਾਦੀ ਕਮਜ਼ੋਰ ਹੈ ਉਹ ਚਾਹੀਦਾ ਹੈ ਕਿ 111 ਵਾਰੀ ਪਾਣੀ ਦਾ ਦਮ ਕਰਕੇ ਅਵਲ ਆਦਰੂਸ਼ੀ ਪੜ ਕੇ ਖਾਲੀ ਪੇੜ ਪੀਏ 40 ਦਿਨ ਤੱਕ ਪੀਏ ਇਨਸ਼ਾਅੱਲਾ ਉਹਨੂੰ ਉਹਦੀ ਕਵਤੇਰਦੀ ਖੁਦ-ਇਤਵਾਦੀ ਔਰ ਇਰਤਕਾ ਜਿਹੜਾ ਮਜ਼ਬੂਤ ਹੋ ਜਾਣਗੇ ਅੱਲਾਹੁ ਅਕਬਰ ਕਬੀਰ